ਅੱਜ ਦੀ ਦੁਨੀਆਂ ਵਿੱਚ ਦਿਨੋਂ ਦਿਨ ਮਹਿੰਗਾਈ ਵੱਧਦੀ ਜਾਂਦੀ ਆ। ਜੇ ਬੰਦਾ ਇੱਕ ਪਾਸਿਓ ਕਮਾ ਰਿਹਾ ਤਾਂ ਉਹ ਇੱਕ ਪਾਸੇ ਵਾਲੀ ਕਮਾਈ ਉਹਦੇ ਖਰਚਿਆਂ ਵਿੱਚ ਨਿਕਲੀ ਜਾਂਦੀ ਆ। ਜੇ ਉਹਨੂੰ ਇੱਕ ਦੋ ਪਾਸਿਓ ਹੋਰ ਕਮਾਈ ਆ ਰਹੀ ਆ ਤਾਂ ਉਹ ਪੈਸਿਆਂ ਨਾਲ ਉਹ ਆਪਦੇ ਨਾਲ ਕੁਛ ਨਾ ਕੁਛ ਜੋੜੀ ਜਾਂਦਾ ਜਾਂ ਉਹ ਪੈਸੇ ਉਹ ਹੋਰ ਅੱਗੇ ਇਨਵੈਸਟ ਕਰ ਸਕਦਾ। ਪਰ ਜੇ ਬੰਦੇ ਦੀ ਇੱਕ ਹੀ ਕਮਾਈ ਆ ਉਹ ਇੱਕ ਕਮਾਈ ਨਾਲ ਉਹ ਬਾਹਲਾ ਅੱਗੇ ਵੱਧ ਨਹੀਂ ਪਾਉਂਦਾ। ਤਾਂ ਕਰਕੇ ਅੱਜ ਦੇ ਟਾਈਮਾਂ ਵਿੱਚ ਹਰ ਕੋਈ ਬੰਦਾ ਇਹ ਚੀਜ਼ ਜਾਣਨਾ ਚਾਹੁੰਦਾ ਵੀ ਉਹ ਇੱਦਾਂ ਦੇ ਕਿਹੜੇ ਐਸੈਟ ਬਣਾ ਸਕਦੇ ਨੇ, ਸਭ ਤੋਂ ਸੇਫ ਐਸੈਟ ਕਿਹੜੇ ਨੇ ਜਿੱਥੇ ਬਹੁਤ ਘੱਟ ਰਿਸਕ ਆ, ਜਿਹੜੀ ਵਧੀਆ ਇਨਵੈਸਟਮੈਂਟ ਆ, ਜਿਹ 'ਚ ਉਹਨਾਂ ਨੂੰ ਫਿਊਚਰ ਵਿੱਚ ਇੱਕ ਰਿਟਰਨ ਵੀ ਦਿਖੇ ਅਤੇ ਉਹਨਾਂ ਨੂੰ ਐਂ ਲੱਗੇ ਵੀ ਉਹਨਾਂ ਦੇ ਪੈਸਿਆਂ ਦੀ ਵੈਲਿਊ ਹੋਰ ਵੱਧਦੀ ਜਾਂਦੀ ਆ। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਇੱਦਾਂ ਦੇ ਐਸੈਟ ਬਾਰੇ, ਇੱਦਾਂ ਦੇ ਇਨਵੈਸਟਮੈਂਟਸ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਹੜੀਆਂ ਕਹਿ ਸਕਦੇ ਹਾਂ ਸਭ ਤੋਂ ਘੱਟ ਰਿਸਕ ਵਾਲੀਆਂ ਨੇ, ਕਿਉਂਕਿ ਹਰ ਕੋਈ ਬੰਦਾ ਇੰਨਾ ਰਿਸਕ ਨਹੀਂ ਅਫੋਰਡ ਕਰ ਸਕਦਾ, ਹਰ ਕੋਈ ਬੰਦਾ ਆਪਦੇ ਪੈਸੇ ਨਹੀਂ ਇੰਨੇ ਰਿਸਕ 'ਤੇ ਲਾਉਣਾ ਚਾਹੁੰਦਾ। ਸੋ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਸਿੱਧਾ ਵੀਡੀਓ 'ਚ ਚੱਲਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਹੁਣ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਅਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੀਂ ਵੀਡੀਓ ਵਿੱਚ। ਹੁਣ ਸਭ ਤੋਂ ਪਹਿਲੇ ਨੰਬਰ 'ਤੇ ਆਉਂਦੀ ਆ ਰੀਅਲ ਅਸਟੇਟ, ਯਾਨੀ ਕਿ ਤੁਹਾਡੀ ਜ਼ਮੀਨ। ਜਿਹੜੀ ਤੁਹਾਡੀ ਜ਼ਮੀਨ ਆ ਉਹਦੀ ਵੈਲਿਊ ਜੋ ਜੋ ਸਾਲ ਨਿਕਲਦੇ ਜਾਣਗੇ ਉਹਦੀ ਵੈਲਿਊ ਹੋਰ ਵਧੀ ਜਾਣੀ ਆ, ਕਿਉਂਕਿ ਜਿਹੜੀ ਧਰਤੀ ਆ ਉਹ ਦੁਨੀਆ 'ਤੇ ਬਹੁਤ ਲਿਮਿਟਡ ਅਮਾਊਂਟ ਵਿੱਚ ਆ। ਉਹ ਜਿੰਨੀ ਹੁਣ ਹੈਗੀ ਆ ਉਨੀ ਹੀ ਰਹਿਣੀ ਆ, ਉਹ ਬੰਦਾ ਵਧਾ ਨਹੀਂ ਸਕਦਾ। ਜਿਉਂ ਜਿਉਂ ਹੁਣ ਸਾਲ ਨਿਕਲਦੇ ਜਾਣੇ ਨੇ ਦੁਨੀਆ 'ਚ ਆਬਾਦੀ ਵਧੀ ਜਾਣੀ ਆ, ਦੁਨੀਆ 'ਚ ਪਾਪੂਲੇਸ਼ਨ ਵਧੀ ਜਾਣੀ ਆ। ਜਿਉਂ ਜਿਉਂ ਪਾਪੂਲੇਸ਼ਨ ਵਧੂਗੀ ਤਾਂ ਲੋਕਾਂ ਦੀ ਲੋੜ, ਲੋਕਾਂ ਦੀ ਨੈਸੈਸਿਟੀ, ਲੋਕਾਂ ਦੀ ਨੀਡਸ ਵੀ ਵਧੀ ਜਾਣੇ ਨੇ ਵੀ ਹੋਰ ਜਗ੍ਹਾ ਚਾਹੀਦੀ ਆ, ਹੋਰ ਜ਼ਮੀਨ ਚਾਹੀਦੀ ਆ ਲੋਕਾਂ ਲਈ। ਤਾਂ ਕਰਕੇ ਜਿਹੜੀ ਤੁਹਾਡੀ ਜ਼ਮੀਨ ਆ, ਜਿਹੜੀ ਤੁਹਾਡੀ ਰੀਅਲ ਅਸਟੇਟ ਆ, ਉਹਦੀ ਵੈਲਿਊ ਆਉਣ ਵਾਲੇ ਸਾਲਾਂ ਵਿੱਚ ਹੋਰ ਇਨਕਰੀਜ਼ ਹੀ ਹੋਣੀ ਆ। ਇਹ ਤੋਂ ਬਾਅਦ ਦੂਸਰੇ ਨੰਬਰ 'ਤੇ ਆਉਂਦੇ ਨੇ ਕਮੋਡਿਟੀਜ਼, ਯਾਨੀ ਕਿ ਗੋਲਡ ਜਾਂ ਸਿਲਵਰ। ਹੁਣ ਆਪਾਂ ਨੂੰ ਪਤਾ ਜਿਹੜਾ ਗੋਲਡ ਆ ਉਹ ਆਪਦੀ ਵੈਲਿਊ ਕਦੇ ਨਹੀਂ ਲੂਜ਼ ਕਰਦਾ, ਉਹ ਆਪਦੀ ਵੈਲਿਊ ਮੇਨਟੇਨ ਕਰਕੇ ਰੱਖਦਾ। ਖਾਸ ਕਰਕੇ ਜਦੋਂ ਸਟਾਕ ਮਾਰਕੀਟ ਵੀ ਡਾਊਨ ਜਾਂਦੀ ਹੁੰਦੀ ਆ ਨਾ, ਜ਼ਿਆਦਾਤਰ ਜਿਹੜੇ ਇਨਵੈਸਟਰ ਨੇ ਉਹ ਆਪਦਾ ਪੈਸਾ ਗੋਲਡ ਵਿੱਚ ਇਨਵੈਸਟ ਕਰਨ ਆ ਜਾਂਦੇ ਨੇ। ਉਹ ਗੋਲਡ ਵਿੱਚ ਪੈਸਾ ਪਾਉਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਜੇ ਗੋਲਡ ਵਿੱਚ ਪੈਸਾ ਪਾਉਣਗੇ ਉਹ ਪੈਸੇ ਦੀ ਵੈਲਿਊ ਬਚੀ ਰਹੂਗੀ ਅਤੇ ਮੇ ਬੀ ਆਉਣ ਵਾਲੇ ਸਾਲਾਂ ਵਿੱਚ ਉਹ ਵੈਲਿਊ ਹੋਰ ਵੀ ਵਧੂਗੀ। ਆਪਣੇ ਤੀਸਰੇ ਨੰਬਰ 'ਤੇ ਜਿਹੜੀ ਇਨਵੈਸਟਮੈਂਟ ਆਉਂਦੀ ਆ ਇਹ ਹੈਗੀ ਆ FD, ਯਾਨੀ ਕਿ ਫਿਕਸ ਡਿਪੋਜ਼ਿਟ। ਬਹੁਤ ਸਾਰੇ ਆਪਣੇ ਲੋਕ FD ਖੁਲਾਉਂਦੇ ਨੇ, ਹੁਣ ਜ਼ਿਆਦਾਤਰ 10 ਸਾਲ ਦੀ ਹੁੰਦੀ ਆ, 10 ਸਾਲ ਦੀ FD ਖੁਲਾ ਲੈਂਦੇ ਨੇ। ਕਈ ਜ਼ਿਆਦਾ ਵੀ ਹੁੰਦੀ ਆ, ਕਈ ਘੱਟ ਸਾਲਾਂ ਵਾਲੀ ਵੀ ਹੁੰਦੀ ਆ, ਹੈ ਨਾ। ਹੁਣ ਹਰੇਕ ਬੈਂਕ ਦਾ ਆਪਦਾ ਅਲੱਗ ਸਿਸਟਮ ਹੁੰਦਾ। ਫਿਕਸ ਡਿਪੋਜ਼ਿਟ ਬੰਦਾ ਖੁਲਾਉਂਦਾ, ਉਹ 'ਚ ਬੰਦਾ ਆਪਦੇ ਪੈਸੇ ਜਮ੍ਹਾਂ ਕਰਾਉਂਦਾ। ਫੋਰ ਐਗਜ਼ਾਮਪਲ, ਬੰਦਾ 10 ਸਾਲ ਦੀ FD ਖੁਲਾ ਲੈਂਦਾ ਅਤੇ ਹਰ ਸਾਲ ਉਹ ਪੈਸਿਆਂ ਉੱਤੇ ਇੰਟਰਸਟ ਜੁੜੀ ਜਾਂਦਾ, ਹਰ ਸਾਲ ਉਹ ਪੈਸਿਆਂ ਦੀ ਵੈਲਿਊ ਹੋਰ ਵੱਧਦੀ ਹੋ ਜਾਂਦੀ ਆ। FD ਖਾਸ ਕਰਕੇ ਜਿਹੜੇ ਹੁਣ ਫੈਮਿਲੀ ਵਾਲੇ ਬੰਦੇ ਨੇ ਜਿਨ੍ਹਾਂ ਦੇ ਹਜੇ ਨਿਆਣੇ ਛੋਟੇ ਨੇ ਉਹ ਵੀ ਬਹੁਤ ਖੁਲਾਉਂਦੇ ਨੇ, ਕਿਉਂਕਿ ਉਹਨਾਂ ਨੂੰ ਐਂ ਹੁੰਦਾ ਵੀ ਜਦ ਤੱਕ ਸਾਡੇ ਨਿਆਣੇ ਬੜੇ ਹੋਣ ਉਹਨਾਂ ਲਈ ਸਾਈਡ 'ਤੇ ਪੈਸਾ ਹੋਵੇ, ਉਹਨਾਂ ਦੀ ਫਿਊਚਰ ਸੇਵ ਹੋਵੇ। ਭਾਵੇਂ ਜਿਨ੍ਹਾਂ ਦੇ ਨਿਆਣੇ ਬੜੇ ਵੀ ਨੇ, ਬੰਦੇ ਆਪਦੇ ਲਈ ਵੀ ਖਿਲਾਉਂਦੇ ਨੇ, ਉਹ ਸੋਚਦੇ ਨੇ ਵੀ ਜਦੋਂ ਅਸੀਂ 50-60 ਸਾਲ ਦੇ ਹੋ ਗਏ, ਜਦੋਂ ਅਸੀਂ ਬਜ਼ੁਰਗ ਹੋ ਗਏ ਤਾਂ ਸਾਡੇ ਲਈ ਪੈਸੇ ਸਾਈਡ 'ਤੇ ਬਚੇ ਹੋਣ, ਆਪਾਂ ਸਾਈਡ 'ਤੇ ਪੈਸੇ ਇੱਦਾਂ ਰੱਖੇ ਹੋਣ ਜੋ ਕਿ ਬਾਅਦ 'ਚੋਂ ਆਪਾਂ ਆਪਣੇ ਬੁਢਾਪੇ ਲਈ ਯੂਜ਼ ਕਰ ਸਕਦੇ ਹਾਂ, ਹੈ ਨਾ, ਵੀ ਆਪਣੇ ਫਿਊਚਰ ਸੇਫ ਰਹੇ। ਕੋਈ ਵੀ ਇੱਕ ਕਹਿ ਸਕਦੇ ਹਾਂ ਸੇਫ ਆਪਸ਼ਨ ਆ, ਕਿਉਂਕਿ ਐਟਲੀਸਟ ਜਿਹੜੀ ਤੁਹਾਡੇ ਪੈਸਿਆਂ ਦੀ ਵੈਲਿਊ ਆ ਉਹ ਬਚੀ ਰਹਿੰਦੀ ਆ। ਹੁਣ ਜੇ ਤੁਸੀਂ ਪੈਸੇ ਉੱਦਾਂ ਹੀ ਬੈਂਕ ਵਿੱਚ ਰੱਖਦੇ ਹੋ ਉਹਦੀ ਵੈਲਿਊ ਹੋਰ ਘੱਟਦੀ ਜਾਣੀ ਆ, ਘੱਟਦੀ ਕਿਵੇਂ, ਹਰ ਸਾਲ ਦੁਨੀਆ 'ਤੇ ਇਨਫਲੇਸ਼ਨ ਵੱਧਦਾ ਜਾਂਦਾ। ਹੁਣ ਜਿਹੜਾ 500 ਰੁਪਈਏ ਦੀ ਅੱਜ ਵੈਲਿਊ ਆ ਉਹ 500 ਰੁਪਈਏ ਦੀ ਵੈਲਿਊ ਹੁਣ ਤੋਂ 10 ਸਾਲ ਬਾਅਦ ਘੱਟ ਜਾਣੀ ਆ। ਜਿੰਨਾ ਕੁਛ ਤੁਸੀਂ ਅੱਜ 500 ਰੁਪਈਏ 'ਚ ਲੈ ਸਕਦੇ ਹੋ ਹੁਣ ਤੋਂ 10 ਸਾਲ ਬਾਅਦ ਉਹ 500 ਰੁਪਈਏ ਹੋਰ ਵੀ ਘੱਟ ਚੀਜ਼ਾਂ ਤੁਹਾਨੂੰ ਖਰੀਦ ਕੇ ਦਊਗਾ। ਹੁਣ ਤੋਂ 20 ਸਾਲ ਪਹਿਲਾਂ ਦੇਖੋ ਤੁਸੀਂ 500 ਰੁਪਈਏ 'ਚ ਕਿੰਨਾ ਕੁਛ ਲੈ ਸਕਦੇ ਸੀ, ਅਤੇ ਹੁਣ 20 ਸਾਲ ਬਾਅਦ ਹੁਣ ਅੱਜ ਦੇ ਟਾਈਮ ਦੇਖੋ ਉਹ ਵੈਲਿਊ ਪੈਸਿਆਂ ਦੀ ਹੋਰ ਘੱਟਦੀ ਜਾਂਦੀ ਆ ਜੋ ਜੋ ਸਾਲ ਨਿਕਲਦੇ ਜਾਂਦੇ ਨੇ। ਉਹ ਬੰਦੇ ਨੇ ਫਿਕਸ ਡਿਪੋਜ਼ਿਟ ਵਿੱਚ ਪੈਸੇ ਰੱਖੇ ਹੁੰਦੇ ਨੇ, ਐਟਲੀਸਟ ਉਹ 'ਤੇ ਹਰ ਸਾਲ ਇੰਟਰਸਟ ਜੁੜੀ ਜਾਂਦਾ। ਤਾਂ ਕਰਕੇ ਜਦੋਂ FD ਦਾ ਟਾਈਮ ਪੂਰਾ ਹੋ ਜਾਂਦਾ ਅਤੇ ਬੰਦਾ ਆਪਦੇ ਪੈਸੇ ਕਢਾਉਂਦਾ ਉਹ ਜ਼ਿਆਦਾ ਹੀ ਹੁੰਦੇ ਨੇ, ਉਹ ਵੈਲਿਊ ਹੋਰ ਇਨਕਰੀਜ਼ ਕੀਤੀ ਹੁੰਦੀ ਆ ਉਹ ਪੈਸਿਆਂ ਦੀ। ਇਹ ਤੋਂ ਬਾਅਦ ਆਪਣੇ ਆਉਂਦਾ ਕੈਸ਼।
ਹੁਣ ਹਾਂ ਇਹ ਚੀਜ਼ ਸੁਣ ਕੇ ਕਾਫੀ ਲੋਕ ਮੇ ਵੀ ਕੰਫਿਊਜ਼ ਹੋ ਗਏ ਹੋਣਗੇ, ਪਰ ਕੈਸ਼ ਵੀ ਇੱਕ ਬਹੁਤ ਵਧੀਆ ਚੀਜ਼ ਹੈ, ਇੱਕ ਬਹੁਤ ਵਧੀਆ ਆਪਸ਼ਨ ਆ, ਹੈ ਨਾ, ਜੋ ਕਿ ਹਰ ਕੋਈ ਬੰਦੇ ਨੂੰ ਸਾਈਡ 'ਤੇ ਰੱਖਣਾ ਚਾਹੀਦਾ। ਖਾਸ ਕਰਕੇ ਦੁਨੀਆ 'ਤੇ ਜਿਹੜੀ ਬੜੀ ਬੜੀ ਕੰਪਨੀਜ਼ ਨੇ ਜਿਵੇਂ ਕਿ ਐਪਲ ਹੋ ਗਿਆ, ਉਹਨਾਂ ਕੋਲ ਇਸ ਵਕਤ $200 billion ਤੋਂ ਵੀ ਜ਼ਿਆਦਾ ਕੈਸ਼ ਪਿਆ। ਇਹ ਕਿਉਂ? ਕਿਉਂਕਿ ਕਦੇ ਕਦੇ ਲਾਈਫ ਵਿੱਚ ਆਪਾਂ ਨੂੰ ਬਹੁਤ ਹੀ ਵਧੀਆ ਮੌਕੇ ਮਿਲਦੇ ਨੇ, ਬਹੁਤ ਹੀ ਵਧੀਆ ਓਪਰਚੁਨਿਟੀਜ਼ ਮਿਲਦੀਆਂ ਨੇ ਜਿੱਥੇ ਕਿ ਆਪਾਂ ਕੈਸ਼ ਵਰਤ ਸਕਦੇ ਹਾਂ। ਕੈਸ਼ ਨਾਲ ਜਿਹੜੇ ਟ੍ਰਾਂਜੈਕਸ਼ਨ ਹੁੰਦੇ ਨੇ ਉਹ ਹੋਰ ਵੀ ਤੇਜ਼ ਹੋ ਜਾਂਦੇ ਨੇ, ਹੋਰ ਵੀ ਈਜ਼ੀ ਹੋ ਜਾਂਦੇ ਨੇ, ਕੈਸ਼ ਨਾਲ ਤੁਹਾਨੂੰ ਹੋਰ ਵੀ ਵਧੀਆ ਡੀਲ ਮਿਲ ਜਾਂਦੀ ਆ। ਅਤੇ ਜਦੋਂ ਐਮਰਜੈਂਸੀ ਹੁੰਦੀ ਆ, ਜਿਹੜਾ ਕੈਸ਼ ਹੁੰਦਾ ਉਹ ਤੁਹਾਡਾ ਐਮਰਜੈਂਸੀ ਵੇਲੇ ਕੰਮ ਆ ਸਕਦਾ, ਤਾਂ ਕਰਕੇ ਤੁਹਾਡੇ ਕੋਲ ਸਾਈਡ 'ਤੇ ਕੈਸ਼ ਰੱਖਿਆ ਹੋਇਆ ਉਹ ਵੀ ਇੱਕ ਬਹੁਤ ਵਧੀਆ ਚੀਜ਼ ਆ, ਕਿਉਂਕਿ ਐਟਲੀਸਟ ਜੇ ਤੁਹਾਨੂੰ ਅਚਾਨਕ ਕੋਈ ਚੀਜ਼ ਦੀ ਲੋੜ ਪੈ ਗਈ, ਐਮਰਜੈਂਸੀ ਆ ਗਈ, ਜਾਂ ਤੁਹਾਨੂੰ ਇੱਕ ਬਹੁਤ ਵਧੀਆ ਓਪਰਚੁਨਿਟੀ ਦਿਖ ਰਹੀ ਆ, ਕੈਸ਼ ਨਾਲ ਕੀ ਹੁੰਦਾ, ਕੈਸ਼ ਨਾਲ ਤੁਹਾਨੂੰ ਵਧੀਆ ਡੀਲ ਮਿਲ ਸਕਦੀ ਆ। ਇਹ ਤੋਂ ਬਾਅਦ ਆਪਣੇ ਆਉਂਦੇ ਨੇ ਇਕੁਇਪਮੈਂਟ ਜਾਂ ਐਕਸੈਸਰੀਜ਼। ਹੁਣ ਇਹ ਚੀਜ਼ ਤੁਸੀਂ ਧਿਆਨ ਨਾਲ ਸੁਣਿਓ। ਫੋਰ ਐਗਜ਼ਾਮਪਲ, ਮੈਂ ਇੱਕ ਗੱਡੀ ਰੱਖੀ ਆ, ਉਹ ਗੱਡੀ ਨੂੰ ਜੇ ਮੈਂ ਆਪਦੀ ਪਰਸਨਲ ਯੂਜ਼ ਲਈ ਰੱਖਿਆ, ਹੈ ਨਾ, ਮੈਂ ਖੁਦ ਹੀ ਚਲਾਉਂਦਾ ਤਾਂ ਉਹਦਾ ਖਰਚਾ ਮੈਨੂੰ ਆਪ ਚੱਕਣਾ ਪੈ ਰਿਹਾ, ਹੈ ਨਾ, ਉਹਦਾ ਸਾਰਾ ਖਰਚਾ ਮੈਂ ਖੁਦ ਕੱਢੂੰਗਾ। ਹੁਣ ਜੇ ਉਹੀ ਗੱਡੀ ਮੈਂ ਰੈਂਟ 'ਤੇ ਦੇ ਰਿਹਾ ਤਾਂ ਉਹ ਗੱਡੀ ਆਪਦਾ ਖਰਚਾ ਖੁਦ ਕੱਢ ਰਹੀ ਆ ਅਤੇ ਮੈਨੂੰ ਪ੍ਰੋਫਿਟ ਵੀ ਕੱਢ ਕੇ ਦੇ ਰਹੀ ਆ। ਹੁਣ ਗੱਡੀ ਵਾਲੀ ਚੀਜ਼ ਆਪਾਂ ਸਾਈਡ 'ਤੇ ਕਰਦੇ ਹਾਂ, ਹੁਣ ਤੁਸੀਂ ਵਿਆਹਾਂ ਦਾ ਐਗਜ਼ਾਮਪਲ ਲਾਓ। ਵਿਆਹਾਂ ਉੱਤੇ ਬਹੁਤ ਸਾਰੇ ਜਿਹੜੇ ਦੁਕਾਨਾਂ ਵਾਲੇ ਨੇ ਉਹ ਸ਼ੇਰਬਾਨੀਆਂ ਰੈਂਟ 'ਤੇ ਦਿੰਦੇ ਨੇ, ਉਹ ਲਹਿੰਗੇ ਰੈਂਟ 'ਤੇ ਦਿੰਦੇ ਨੇ, ਆਰਟੀਫਿਸ਼ਲ ਜੂਲਰੀ ਰੈਂਟ 'ਤੇ ਦਿੰਦੇ ਨੇ, ਸਮਝ ਰਹੇ ਹੋ ਨਾ, ਜਿਹੜੀ ਵੀ ਐਕਸੈਸਰੀ ਜਿਹੜੀ ਵੀ ਇਕੁਇਪਮੈਂਟ ਤੁਸੀਂ ਇੱਦਾਂ ਰੈਂਟ 'ਤੇ ਦੇ ਸਕਦੇ ਹੋ ਇੱਕ ਵਧੀਆ ਐਸੈਟ ਆ, ਕਿਉਂਕਿ ਉਹ ਤੁਹਾਨੂੰ ਪੈਸੇ ਕਮਾ ਕੇ ਦਊਗਾ। ਫੋਰ ਐਗਜ਼ਾਮਪਲ, ਬਹੁਤ ਸਾਰੇ ਲੋਕ ਆਪਦੇ ਟਰੈਕਟਰ ਟਰਾਲੀ ਵੀ ਰੈਂਟ 'ਤੇ ਦੇ ਦਿੰਦੇ ਨੇ। ਜਿਹੜੀ ਵੀ ਚੀਜ਼ ਤੁਸੀਂ ਇੱਦਾਂ ਰੈਂਟ 'ਤੇ ਕੋਈ ਵੀ ਬੰਦੇ ਨੂੰ ਦੇ ਸਕਦੇ ਹੋ ਉਹ ਤੁਹਾਨੂੰ ਇੱਕ ਵਧੀਆ ਰਿਟਰਨ ਦਿੰਦੀ ਆ, ਉਹ ਇੱਕ ਬਹੁਤ ਵਧੀਆ ਐਸੈਟ ਆ। ਹੁਣ ਇਹ ਤੋਂ ਬਾਅਦ ਜਿਹੜੀ ਅਗਲੀ ਚੀਜ਼ ਆ ਉਹ ਹੈਗੀ ਆ ਤੁਹਾਡਾ ਟਾਈਮ। ਜਿਹੜਾ ਤੁਹਾਡਾ ਟਾਈਮ ਆ ਉਹ ਅੱਜ ਦੇ ਸਮੇਂ 'ਚ ਤੁਹਾਡੇ ਲਈ ਸਭ ਤੋਂ ਕੀਮਤੀ ਚੀਜ਼ ਹੋਣੀ ਚਾਹੀਦੀ ਆ। ਤੁਹਾਡੇ ਲਈ ਜਿਹੜਾ ਤੁਹਾਡਾ ਵਕਤ ਆ ਉਹ ਤੁਹਾਡੇ ਲਈ ਸਭ ਤੋਂ ਜ਼ਰੂਰੀ ਗਹਿਣਾ, ਕਿਉਂਕਿ ਜਿਹੜਾ ਟਾਈਮ ਇੱਕ ਵਾਰ ਨਿਕਲ ਜਾਂਦਾ ਨਾ ਉਹ ਵਾਪਸ ਨਹੀਂ ਆਉਂਦਾ। ਦੁਨੀਆ 'ਤੇ ਸਭ ਤੋਂ ਜਿਹੜਾ ਅਮੀਰ ਬੰਦਾ ਉਹਦੇ ਕੋਲ ਬਹੁਤ ਬੜਾ ਘਰ ਹੋ ਸਕਦਾ, ਬਹੁਤ ਬੜੀ ਗੱਡੀ ਹੋ ਸਕਦੀ ਆ, ਪਰ ਉਹ ਟਾਈਮ ਉਹ ਵੀ ਨਹੀਂ ਖਰੀਦ ਸਕਦਾ। ਜਿਹੜਾ ਉਹਦਾ ਵੀ ਜ਼ਿੰਦਗੀ 'ਚ ਟਾਈਮ ਲੰਘੇ ਉਹ ਵਾਪਸ ਨਹੀਂ ਲਿਆ ਸਕਦਾ, ਜੇ ਉਹ ਬੁੜਾ ਹੋ ਗਿਆ ਉਹ ਜਵਾਨ ਨਹੀਂ ਬਣ ਸਕਦਾ। ਤਾਂ ਜਿੱਥੇ ਵੀ ਤੁਸੀਂ ਆਪਦਾ ਟਾਈਮ ਯੂਜ਼ ਕਰ ਰਹੇ ਹੋ ਨਾ ਉਹਨੂੰ ਬਹੁਤ ਧਿਆਨ ਨਾਲ ਯੂਜ਼ ਕਰੋ। ਹੁਣ ਫੋਰ ਐਗਜ਼ਾਮਪਲ, ਸੋਸ਼ਲ ਮੀਡੀਆ ਚੱਲ ਹਰ ਕੋਈ ਬੰਦਾ ਚਲਾਉਂਦਾ, ਮੈਂ ਵੀ ਚਲਾਉਂਦਾ, ਤੁਸੀਂ ਵੀ ਚਲਾਉਂਦੇ ਹੋ। ਹੁਣ ਜੇ ਮੈਂ ਸਾਰਾ ਦਿਨ ਰੀਲਾਂ ਇੱਦਾਂ ਦੀਆਂ ਦੇਖੀ ਜਾਊਂਗਾ ਜਿਹਦਾ ਕੋਈ ਸੈਂਸ ਹੀ ਨਹੀਂ ਬਣਦਾ, ਜਿਹ ਤੋਂ ਮੇਰਾ ਕੋਈ ਮਤਲਬ ਹੀ ਨਹੀਂਗਾ, ਮੈਨੂੰ ਕੋਈ ਸਿੱਖਣ ਨੂੰ ਕੋਈ ਕੰਮ ਦੀ ਚੀਜ਼ ਸਿੱਖਣ ਨੂੰ ਮਿਲਦੀ ਨਹੀਂ, ਤਾਂ ਮੈਂ ਓਬਵੀਅਸਲੀ ਆਪਦਾ ਟਾਈਮ ਵੇਸਟ ਕਰ ਰਿਹਾ। ਹੁਣ ਜੇ ਉਹੀ ਟਾਈਮ ਮੈਂ ਸੋਸ਼ਲ ਮੀਡੀਆ ਉੱਤੇ ਉੱਦਾਂ ਦਾ ਕੰਟੈਂਟ ਦੇਖਦਾ ਜਿੱਥੇ ਫੋਰ ਐਗਜ਼ਾਮਪਲ ਮੈਨੂੰ ਕੁਝ ਸਿੱਖਣ ਨੂੰ ਮਿਲੇ, ਜਿੱਥੇ ਮੈਂ ਕੋਈ ਇੱਦਾਂ ਦਾ ਸਕਿੱਲ ਸਿੱਖ ਰਿਹਾ ਜੋ ਕਿ ਮੈਂ ਆਪਦੀ ਜ਼ਿੰਦਗੀ ਉੱਤੇ ਵੀ ਅਪਲਾਈ ਕਰ ਸਕਦਾ, ਤਾਂ ਮੈਂ ਆਪਦੇ ਟਾਈਮ ਇੱਕ ਸਹੀ ਪਾਸੇ ਲਾ ਰਿਹਾ, ਕਿਉਂਕਿ ਐਟਲੀਸਟ ਉਹ ਚੀਜ਼ ਮੈਂ ਆਪਦੀ ਜ਼ਿੰਦਗੀ 'ਚ ਅਪਲਾਈ ਕਰਕੇ ਆਪ ਵੀ ਕੁਛ ਕਰ ਸਕਦਾ। ਤੋ ਤੁਹਾਡਾ ਜਿਹੜਾ ਟਾਈਮ ਆ ਉਹ ਬਹੁਤ ਹੀ ਸੋਚ ਸਮਝ ਕੇ ਹਰ ਪਾਸੇ ਯੂਜ਼ ਕਰਿਆ ਕਰੋ। ਹੁਣ ਦੁਨੀਆ ਦਾ ਜਿਹੜਾ ਸਭ ਤੋਂ ਬੜਾ ਇਨਵੈਸਟਰ ਆ ਵਾਰਨ ਬਫੇਟ, ਉਹਨੇ ਵੀ ਇਹ ਚੀਜ਼ ਕਹੀ ਆ ਵੀ ਜ਼ਿੰਦਗੀ 'ਚ ਜਿਹੜੀ ਸਭ ਤੋਂ ਬੜੀ ਇਨਵੈਸਟਮੈਂਟ ਆ ਉਹ ਤੁਸੀਂ ਖੁਦ ਹੋ। ਜਿੰਨਾ ਜ਼ਿਆਦਾ ਤੁਸੀਂ ਸਿੱਖੋਗੇ, ਜਿੰਨਾ ਜ਼ਿਆਦਾ ਤੁਸੀਂ ਲਰਨ ਕਰੋਗੇ, ਉਨਾ ਜ਼ਿਆਦਾ ਤੁਸੀਂ ਅਰਨ ਕਰੋਗੇ, ਉਨਾ ਜ਼ਿਆਦਾ ਤੁਸੀਂ ਜ਼ਿੰਦਗੀ 'ਚ ਕਮਾਓਗੇ। ਚਲੋ ਠੀਕ ਆ, ਹਰ ਕੋਈ ਬੰਦਾ ਐਂਟਰਟੇਨਮੈਂਟ ਵੀ ਚਾਹੀਦੀ ਆ, ਹੈ ਨਾ, ਹਰ ਕੋਈ ਬੰਦਾ ਐਂਟਰਟੇਨਮੈਂਟ ਲਈ ਵੀ ਯੂਜ਼ ਕਰਦਾ, ਪਰ ਉਹਨੂੰ ਕੋਈ ਵਧੀਆ ਚੀਜ਼ ਸਿੱਖਣ ਲਈ ਵੀ ਯੂਜ਼ ਕਰਿਆ ਕਰੋ, ਕਿਉਂਕਿ ਉਹ 'ਚ ਤੁਹਾਡਾ ਹੀ ਫਾਇਦਾ ਹੋਊਗਾ। ਆਉਣ ਵਾਲੇ ਸਾਲਾਂ 'ਚ ਤੁਹਾਡੀ ਜ਼ਿੰਦਗੀ ਉਸ ਹਿਸਾਬ ਨਾਲ ਹੀ ਇਵੋਲਵ ਹੋਊਗੀ, ਉਸ ਹਿਸਾਬ ਨਾਲ ਹੀ ਬਦਲੂਗੀ ਜੇ ਇਸ ਹਿਸਾਬ ਨਾਲ ਤੁਸੀਂ ਅੱਜ ਦੇ ਦਿਨ ਆਪਦਾ ਟਾਈਮ ਯੂਜ਼ ਕਰ ਰਹੇ ਹੋ। ਹੁਣ ਇਹ ਤੋਂ ਬਾਅਦ ਆਪਣੇ ਐਂਡ 'ਚ ਆ ਜਾਂਦੇ ਆ ਸਟੋਕ ਮਾਰਕੀਟ।
ਹੁਣ ਸਟਾਕ ਮਾਰਕੀਟ ਵਿੱਚ ਖਾਸ ਕਰਕੇ ਮੈਂ ਇਹ ਚੀਜ਼ ਤੁਹਾਨੂੰ ਵਾਰਨ ਕਰਦਾ ਕਿ ਜਿਹੜੇ ਵੀ ਸਟਾਕ ਵਿੱਚ ਤੁਸੀਂ ਆਪਦਾ ਪੈਸਾ ਲਾਉਣਾ ਚਾਹੁੰਦੇ ਹੋ ਤਾਂ ਉਹਦੇ ਬਾਰੇ ਪਹਿਲਾਂ ਰਿਸਰਚ ਕਰੋ। ਸਟਾਕ ਮਾਰਕੀਟ 'ਚ ਦੋ ਟਾਈਪ ਦੀ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ, ਹੈ ਨਾ। ਇੱਕ ਤਾਂ ਹੈਗੀ ਆ ਲੌਂਗ ਟਰਮ ਇਨਵੈਸਟਮੈਂਟ, ਯਾਨੀ ਕਿ ਤੁਸੀਂ ਕੋਈ ਵੀ ਕੰਪਨੀ ਦਾ ਸਟਾਕ ਖਰੀਦ ਲਿਆ, 5-7 ਸਾਲ ਉਹਨੂੰ ਹੋਲਡ ਕਰਕੇ ਰੱਖ ਲਿਆ ਜਦ ਤੱਕ ਉਹਦੀ ਵੈਲਿਊ ਵੱਧ ਨਹੀਂ ਜਾਂਦੀ ਜੋ ਤੁਹਾਨੂੰ ਲੱਗਦਾ ਵੀ ਹੁਣ ਇੱਕ ਆਪਾਂ ਨੂੰ ਵਧੀਆ ਰਿਟਰਨ ਆਊਗਾ, ਅਤੇ ਫਿਰ ਉਹਨੂੰ ਵੇਚਤਾ। ਦੂਸਰੇ ਜਿਹੜੇ ਇਨਵੈਸਟਮੈਂਟ ਆ ਉਹ ਹੈਗੀ ਆ ਆਪਸ਼ਨਸ, ਯਾਨੀ ਕਿ ਤੁਸੀਂ ਹਰ ਰੋਜ਼ ਜਦੋਂ ਮਾਰਕੀਟ ਖੁੱਲ੍ਹੀ ਹੁੰਦੀ ਆ ਉਹਦੇ ਵਿੱਚ ਟ੍ਰੇਡਿੰਗ ਕਰਦੇ ਹੋ। ਪਰ ਓਬਵੀਅਸਲੀ ਇਹਦੇ ਲਈ ਤੁਹਾਨੂੰ ਪੂਰੀ ਵਧੀਆ ਨੌਲੇਜ ਚਾਹੀਦੀ ਆ ਸਟਾਕ ਮਾਰਕੀਟ ਦੀ। ਜੇ ਤੁਸੀਂ ਇੱਦਾਂ ਹੀ ਬਿਨਾਂ ਨੌਲੇਜ ਤੋਂ ਉਹਦੇ ਵਿੱਚ ਆਪਦਾ ਪੈਸਾ ਲਾਓਗੇ ਤਾਂ ਇਹਦਾ ਮਤਲਬ ਤੁਸੀਂ ਗੈਂਬਲਿੰਗ ਕਰ ਰਹੇ ਹੋ, ਤੁਹਾਡਾ ਪੈਸਾ ਮਤਲਬ ਸੇਫ ਨਹੀਂ ਹੈਗਾ, ਤੁਸੀਂ ਸਾਰਾ ਪੈਸਾ ਲੂਜ਼ ਵੀ ਕਰ ਸਕਦੇ ਹੋ। ਤੋ ਆ ਸੀਗੀ ਅੱਜ ਦੀ ਵੀਡੀਓ, ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਵੇ। ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਕਰ ਦਿਓ। ਜੇ ਤੁਹਾਨੂੰ ਇੱਦਾਂ ਦੀ ਵੀਡੀਓਜ਼ ਹੋਰ ਚਾਹੀਦੀਆਂ ਨੇ ਤਾਂ ਮੈਨੂੰ ਕਮੈਂਟ ਵਿੱਚ ਜ਼ਰੂਰ ਲਿਖ ਕੇ ਦੱਸਿਓ, ਅਤੇ ਆਪਾਂ ਮਿਲਦੇ ਹਾਂ ਅਗਲੀ ਵਾਰ। ਓਕੇ।